ਕੌਣ ਸੰ ਸੋਢੀ ਬੱਬਾ ਵਡਭਾਗ ਸਿੰਘ ਜੀ ਗੁਰੂ ਰਾਮਦਾਸ ਜੀ ਨਾਲ ਉਹਨਾਂ ਦਾ ਕੀ ਰਿਸ਼ਤਾ ਹੈ ਕੌਣ ਸੀ ਪ੍ਰੇਤ ਵੀਰ ਨਾਰ ਸਿੰਘ ਢੋਲੀ ਧਾਰ ਜਾਂ ਡੇਰਾ ਬੱਬਾ ਵਡਭਾਗ ਸਿੰਘ ਦਾ ਪੂਰਾ ਇਤਿਹਾਸ ਕੀ ਹੈ ਕਿਉਂ ਸੋਢੀ ਬੱਬਾ ਵਡਭਾਗ ਸਿੰਘ ਜੀ ਨੇ ਦਮਾਲਾ ਉਤਾਰ ਕੇ ਛੋਟੀ ਦਸਤਾਰ ਬਣ ਲਈ ਸੀ ਕਿਉਂ ਬੱਬਾ ਵਡਭਾਗ ਸਿੰਘ ਜੀ ਨੇ ਕਿਹਾ ਸੀ ਕਿ ਮੈਂ ਜਲੰਧਰ ਦੀਆਂ ਬੇਗਮਾਂ ਨੂੰ ਰੰਡੀਆਂ ਕਰ ਦਊਂਗਾ ਕਿਉਂ ਤੇ ਕਿਸ ਨੂੰ ਬੱਬਾ ਵਡਭਾਗ ਸਿੰਘ ਜੀ ਨੇ ਕਬਰ ਚੋਂ ਕੱਢ ਕੇ ਸਾੜਿਆ ਸੀ ਕੀ ਹੈ ਗੁਰਦੁਆਰਾ ਥੰਮ ਸਾਹਿਬ ਦਾ ਇਤਿਹਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਗੋਲਾਮਾ ਲਾ ਰਿਹਾ ਏ ਤੇ ਇਹਨਾਂ ਦਿਨਾਂ ਦੇ ਵਿੱਚ ਸਿੱਖ ਸੰਗਤਾਂ ਬਹੁਤ ਹੀ ਉਤਸ਼ਾਹ ਦੇ ਨਾਲ ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਜਾਂਦੀਆਂ ਨੇ ਨਤਮਸਤਕ ਹੋਣ ਵਾਸਤੇ ਹੋਲਾ ਮੱਲਾ ਮਨਾਉਣ ਵਾਸਤੇ ਪਰ ਇਸ ਦੇ ਨਾਲ ਹੀ ਪੰਜਾਬ ਦੀ ਬਹੁਤ ਸਾਰੀ ਸੰਗਤ ਇੱਕ ਹੋਰ ਜਗ੍ਹਾ ਤੇ ਜਾਂਦੀ ਏ ਜਿਸ ਨੂੰ ਆਪਾਂ ਡੇਰਾ ਬਾਬਾ ਵਡਭਾਗ ਸਿੰਘ ਧੌਲੀਤਾਰ ਆਦ ਦੇ ਨਾਂਵ ਨਾਲ ਜਾਣਦੇ ਆਂ ਹਿਮਾਚਲ ਪ੍ਰਦੇਸ਼ ਦੇ ਉੱਨੇ ਤੋਂ 42 ਕਿਲੋਮੀਟਰ ਦੂਰ ਪਿੰਡ ਮਾੜੀ ਵਿੱਚ ਬਣੇ ਇਸ ਗੁਰਦੁਆਰਾ ਸਾਹਿਬ ਗੁਰਦੁਆਰਾ ਮੰਜੀ ਸਾਹਿਬ ਡੇਰਾ ਬਾਬਾ ਵਡਭਾਗ ਸਿੰਘ ਇਸ ਦਾ ਪੂਰਾ ਇਤਿਹਾਸ ਕੀ ਹੈ ਕੌਣ ਸਨ ਬਾਬਾ ਵਡਭਾਗ ਸਿੰਘ ਜੀ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਇਸੇ ਬਾਰੇ ਗੱਲ ਕਰਾਂਗੇ ਬਾਬਾ ਵਡਭਾਗ ਸਿੰਘ ਜੀ ਨੂੰ ਲੈ ਕੇ ਸੰਗਤਾਂ ਦੇ ਵਿੱਚ ਬਹੁਤ ਹੀ ਮਤਭੇਦ ਪਾਇਆ ਜਾਂਦਾ ਬਹੁਤ ਸਾਰੀਆਂ ਸੰਗਤਾਂ ਉਹਨਾਂ ਦੇ ਹੱਕ ਵਿੱਚ ਹਨ ਤੇ ਬਹੁਤ ਸਾਰੀਆਂ ਸੰਗਤਾਂ ਉਹਨਾਂ ਦਾ ਵਿਰੋਧ ਕਰਦੀਆਂ ਹਨ ਪਰ ਅਸੀਂ ਇਹਨਾਂ ਦੋਨਾਂ ਗੱਲਾਂ ਤੋਂ ਉੱਪਰ ਉੱਠ ਕੇ ਅੱਜ ਦੀ ਵੀਡੀਓ ਦੇ ਵਿੱਚ ਇਤਿਹਾਸ ਨੂੰ ਮੁੱਖ ਰੱਖਦੇ ਆਂ ਬਾਬਾ ਜੀ ਦੇ ਜੀਵਨ ਦੀ ਗੱਲ ਕਰਾਂਗੇ ਵੈਸੇ ਜੇਕਰ ਮੈਂ ਆਪਣੇ ਨਿੱਜੀ ਵਿਚਾਰ ਦੀ ਗੱਲ ਕਰਾਂ ਤਾਂ ਜਦੋਂ ਮੈਂ ਬਾਬਾ ਜੀ ਦੇ ਜੀਵਨ ਉੱਪਰ ਰਿਸਰਚ ਕਰ ਰਿਹਾ ਸੀ ਤਾਂ ਮੈਨੂੰ ਜੋ ਉਹਨਾਂ ਦੇ ਜੀਵਨ ਬਾਰੇ ਪਤਾ ਲੱਗਾ ਉਸ ਦੇ ਹਿਸਾਬ ਨਾਲ ਮੈਨੂੰ ਸੋਢੀ ਬਾਬਾ ਵਰਧਪਾਗ ਸਿੰਘ ਜੀ ਦੇ ਸੰਤ ਅਤੇ ਸਿਪਾਹੀ ਵਾਲੇ ਰੂਪ ਬਾਰੇ ਪਤਾ ਲੱਗਾ ਬਾਕੀ ਧੀਰਮਲ ਦੇ ਨਾਲ ਨਾਲ ਨਾਮ ਜੁੜਿਆ ਹੋਣ ਕਰਕੇ ਸ਼ਾਇਦ ਸੰਗਤਾਂ ਬਾਬਾ ਸੋਢੀ ਬਾਬਾ ਵਰਧਪਾਗ ਸਿੰਘ ਜੀ ਦਾ ਵਿਰੋਧ ਕਰਦੀਆਂ ਹਨ ਬਾਕੀ ਆਪ ਸਭ ਵਿਦਵ ਆਪਜੀ ਕਮੈਂਟ ਕਰਕੇ ਦੱਸਿਓ ਕਿ ਤੁਹਾਡੀ ਸੋਢੀ ਬਾਬਾ ਵਰਡਪਾਗ ਸਿੰਘ ਜੀ ਬਾਰੇ ਕੀ ਰਾਏ ਹੈ ਮੈਨੂੰ ਆਪ ਜੀ ਦੇ ਕਮੈਂਟਾਂ ਦਾ ਬਹੁਤ ਹੀ ਬੇਸਬਰੀ ਨਾਲ ਇੰਤਜ਼ਾਰ ਰਹੂਗਾ। ਸੋ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਣਾ। ਤੁਹਾਨੂੰ ਅੱਜ ਬਾਬਾ ਵਡਪਾਗ ਸਿੰਘ ਜੀ ਬਾਰੇ ਬਹੁਤ ਹੀ ਅਹਿਮ ਜਾਣਕਾਰੀ ਪਤਾ ਲੱਗੂਗੀ। ਬਾਕੀ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਆਪਾਂ ਵੀਡੀਓ 'ਚ ਅੱਗੇ ਵਧਦੇ ਹਾਂ। ਤੇ ਜੇਕਰ ਤੁਸੀਂ ਇਹ ਚੈਨਲ ਤੇ ਨਵੇਂ ਆਏ ਹੋ, ਪਹਿਲੀ ਵਾਰ ਆਏ ਹੋ ਤਾਂ ਚਲੋ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੋ ਸਾਡੀਆਂ ਆਉਣ ਵਾਲੀਆਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚਣ। ਸਾਡੀ ਬਾਬਾ ਵਡਪਾਗ ਸਿੰਘ ਜੀ ਦਾ ਜਨਮ 2 ਸਤੰਬਰ 1710 ਈਸਵੀ ਨੂੰ ਮਾਤਾ ਰਾਜਕੌਰ ਜੀ ਤੇ ਕੋਖੋਂ ਪਿਤਾ ਰਾਮ ਸਿੰਘ ਦੇ ਘਰ ਹੁੰਦਾ ਏ। ਤੇ ਦੋ ਭੈਣਾ ਸਨ ਬੀਬੀ ਭਾਨੀ ਜੀ ਤੇ ਬੀਬੀ ਕੁਸ਼ਲ ਕੌਰ ਜੀ ਇਸ ਤੋਂ ਇਲਾਵਾ ਆਪ ਜੀ ਦਾ ਵਿਆਹ ਬੀਬੀ ਰਾਧਾ ਜੀ ਨਾਲ ਹੁੰਦਾ ਏ ਬੀਬੀ ਰਾਧਾ ਜੀ ਦੇ ਅਕਾਲ ਚਲਾਣਾ ਕਰ ਜਾਣ ਤੋਂ ਬਾਅਦ ਪਰਿਵਾਰ ਵੱਲੋਂ ਜ਼ੋਰ ਪਾ ਕੇ ਆਪ ਜੀ ਦਾ ਦੂਜਾ ਵਿਆਹ ਬੀਬੀ ਮੈਥਲੀ ਜੀ ਨਾਲ ਕਰ ਦਿੱਤਾ ਜਾਂਦਾ ਏ ਇਹ ਤਾਂ ਸੀ ਬਾਬਾ ਜੀ ਦੇ ਨਿੱਜੀ ਪਰਿਵਾਰ ਦੀ ਜਾਣਕਾਰੀ ਜੇਕਰ ਇਹਨਾਂ ਦੇ ਪਰਿਵਾਰਕ ਪਿਛੋਕੜ ਦੀ ਗੱਲ ਕਰੀਏ ਤਾਂ ਬਾਬਾ ਵਡਭਾਗ ਸਿੰਘ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੁੱਤਰੇ ਧੀਰਮਲ ਦੇ ਪੁੱਤਰੇ ਦੇ ਪੜਪੁੱਤਰੇ ਸਨ ਭਾਵ ਕਿ ਬਾਬਾ ਵਡਭਾਗ ਸਿੰਘ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ 7ਵੀਂ ਪੀੜੀ ਸੀ ਯਾ ਇਦਾਂ ਕਹਿ ਲਓ ਕਿ ਉਹ ਗੁਰੂ ਰਾਮਦਾਸ ਜੀ ਦੀ ਨੌਵੀਂ ਪੀੜੀ ਚੋਂ ਸਨ ਹੁਣ ਇੱਥੇ ਇੱਕ ਸਵਾਲ ਉੱਠਦਾ ਆ ਕਿ ਜੇਕਰ ਬਾਬਾ ਵਡਭਾਗ ਸਿੰਘ ਜੀ ਗੁਰੂ ਸਾਹਿਬ ਉਹਨਾਂ ਦੀ ਕੁੱਲ ਚ ਸਨ ਤਾਂ ਫਿਰ ਇਹ ਗੁਰੂ ਘਰ ਨਾਲੋਂ ਕਿਵੇਂ ਟੁੱਟਦੇ ਨੇ ਤੇ ਜੇਕਰ ਟੁੱਟ ਜਾਂਦੇ ਨੇ ਤਾਂ ਫਿਰ ਦੁਬਾਰਾ ਉਹਨਾਂ ਦੀ ਗੁਰੂ ਘਰ ਵਿੱਚ ਵਾਪਸੀ ਕਿੱਦਾਂ ਹੁੰਦੀ ਆ ਇਸ ਸਵਾਲ ਦਾ ਜਵਾਬ ਪਾਉਣ ਵਾਸਤੇ ਸਾਨੂੰ ਬਾਬਾ ਵਰਡ ਭਾਗ ਸਿੰਘ ਜੀ ਜੀਵਨ ਤੋਂ ਹਟ ਕੇ ਇਤਿਹਾਸ ਵਿੱਚ ਥੋੜਾ ਜਿਹਾ ਹੋਰ ਪਿੱਛੇ ਜਾਣਾ ਪਊਗਾ ਗੁਰੂ ਅਰਜਨ ਦੇਵ ਜੀ ਦੇ ਸਮੇਂ ਦੇ ਵਿੱਚ ਹੁਣ ਹੁੰਦਾ ਕੀ ਆ ਕਿ ਜਲੰਧਰ ਦਾ ਇੱਕ ਨਗਰ ਕਰਤਾਰਪੁਰ ਵਿਖੇ ਇੱਕ ਗੁਰਦੁਆਰਾ ਸਾਹਿਬ ਦੀ ਉਸਾਰੀ ਕਰਵਾ ਰਹੇ ਸਨ ਉਸ ਗੁਰਦੁਆਰਾ ਸਾਹਿਬ ਦੀ ਛੱਤ ਨੂੰ ਸਪੋਰਟ ਦੇਣ ਵਾਸਤੇ ਇੱਕ ਥੰਮ ਦੀ ਲੋੜ ਸੀ ਤੇ ਉਸ ਦੇ ਲਈ ਇੱਕ ਟਾਲੀ ਨੂੰ ਚੁਣਿਆ ਗਿਆ ਸਿੱਖ ਜਦੋਂ ਉਸ ਟਾਲੀ ਨੂੰ ਵੱਢਣ ਵਾਸਤੇ ਜਾਂਦੇ ਨੇ ਤੇ ਉਸ ਟਾਲੀ ਦੇ ਵਿੱਚੋਂ ਇੱਕ ਰੂਹ ਦੇ ਬੋਲਣ ਦੀ ਆਵਾਜ਼ ਆਉਂਦੀ ਹੈ ਜਿਸੇ ਦੁਆਬੇ ਦੇ ਉਸ ਖੇਤਰ ਦੇ ਵਿੱਚ ਬਹੁਤ ਮਾਨਤਾ ਸੀ ਉਸ ਦੀ ਪੂਜਾ ਕੀਤੀ ਜਾਂਦੀ ਸੀ ਉਹ ਟਾਲੀ ਉਹਨਾਂ ਨੂੰ ਪੁੱਛਦੀ ਏ ਕਿ ਤੁਸੀਂ ਕੌਣ ਹੋ ਤਾਂ ਸਿੱਖ ਜਵਾਬ ਦਿੰਦੇ ਨੇ ਕਿ ਅਸੀਂ ਗੁਰੂ ਅਰਜਨ ਦੇਵ ਜੀ ਦੇ ਸਿੱਖਾਂ ਤਾਂ ਰੂਹ ਕਹਿੰਦੀ ਏ ਕਿ ਮੈਂ ਤਾਂ ਸੁਣਿਆ ਸੀ ਕਿ ਸਿੱਖ ਲੋਕਾਂ ਦੇ ਘਰ ਬਣਾ ਕੇ ਦਿੰਦੇ ਨੇ ਪਰ ਤੁਸੀਂ ਤਾਂ ਮੇਰਾ ਘਰ ਢਾਣਾ ਗਏ ਹੋ ਇਹ ਟਾਲੀ ਮੇਰਾ ਘਰ ਹੈ ਸਿੱਖ ਜਾ ਕੇ ਗੁਰੂ ਅਰਜਨ ਦੇਵ ਜੀ ਨੂੰ ਸਾਰੀ ਗੱਲਬਾਤ ਦੱਸ ਦਿੰਦੇ ਨੇ ਇਸ ਤੋਂ ਬਾਅਦ ਗੁਰੂ ਅਰਜਨ ਦੇਵ ਜੀ ਆਪ ਚੱਲ ਕੇ ਟਾਲੀ ਦੇ ਕੋਲ ਆਉਂਦੇ ਨੇ ਤੇ ਟਾਲੀ ਵਿੱਚ ਰਹਿ ਰਹੀ ਉਸ ਰੂਹ ਨੂੰ ਕਹਿੰਦੇ ਨੇ ਕਿ ਅੱਜ ਤੋਂ ਬਾਅਦ ਤੇਰੀ ਮੁਕਤੀ ਹੋ ਜਾਵੇਗੀ ਤੇ ਤੇਰੀ ਸਟਾਲੀ ਦਾ ਅਸੀਂ ਗੁਰੂ ਘਰ ਦੇ ਵਿੱਚ ਥੰਮ ਲਗਾਵਾਂਗੇ ਤੇ ਤੇਰੀ ਟਾਲੀ ਤੇ ਲੱਗੇ ਥੰਮ ਦੇ ਨਾਂ ਤੋਂ ਹੀ ਉਸ ਗੁਰੂ ਘਰ ਦਾ ਨਾਮ ਅਸੀਂ ਥੰਮ ਸਾਬ ਰੱਖਾਂਗੇ ਇਸ ਤਰ੍ਹਾਂ ਗੁਰੂ ਸਾਹਿਬ ਉਸ ਰੂਹ ਦਾ ਕਲਿਆਣ ਕਰਦੇ ਨੇ ਤੇ ਫਿਰ ਸਿੱਖ ਉਸ ਟਾਲੀ ਨੂੰ ਵੱਢ ਕੇ ਉਸ ਦਾ ਥੰਮ ਬਣਾ ਕੇ ਗੁਰੂ ਘਰ ਦੇ ਵਿੱਚ ਲਗਾਉਂਦੇ ਨੇ ਤੇ ਉਸ ਗੁਰਦੁਆਰਾ ਸਾਹਿਬ ਦਾ ਨਾਮ ਤੰਮ ਸਾਬ ਰੱਖਿਆ ਜਾਂਦਾ ਏ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਮੈਂ ਇਸ ਕਰਕੇ ਦੱਸ ਰਿਹਾ ਕਿਉਂਕਿ ਇਹ ਗੁਰਦੁਆਰਾ ਸਾਹਿਬ ਅੱਗੇ ਜਾ ਕੇ ਸੋਢੀ ਬਾਬਾ ਵਡਭਾਗ ਸਿੰਘ ਜੀ ਨਾਲ ਜੁੜਦਾ ਏ ਜਿਸ ਨੇ ਸੋਢੀ ਬਾਬਾ ਵਡਭਾਗ ਸਿੰਘ ਦੀ ਜ਼ਿੰਦਗੀ ਨੂੰ ਬਦਲ ਕੇ ਰੱਖ ਦਿੱਤਾ ਸੀ ਗੁਰੂ ਅਰਜਨ ਦੇਵ ਜੀ ਤੋਂ ਬਾਅਦ 6ਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਇਸ ਜਗ੍ਹਾ ਤੇ ਆਉਂਦੇ ਹਨ ਫਿਰ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਪੈਂਦੇਖਾਨਾ ਲੜਾਈ ਹੁੰਦੀ ਹੈ ਤੇ ਪੈਂਦੇਖਾਨਾ ਨੂੰ ਮਾਰਨ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਜੀ ਕਰਤਾਰਪੁਰ ਨੂੰ ਛੱਡ ਕੇ ਕੀਰਤਪੁਰ ਵਿਖੇ ਚਲ ਆਪਣੇ ਪਰਿਵਾਰ ਸਣੇ ਗੁਰਦੁਆਰਾ ਥੰਮ ਸਾਹਿਬ ਵਿਖੇ ਹੀ ਰੁਕਦਾ ਹੈ ਇਸ ਤਰ੍ਹਾਂ ਇਸ ਪਰਿਵਾਰ ਦਾ ਗੁਰੂ ਘਰ ਨਾਲੋਂ ਥੋੜਾ ਜਿਹਾ ਵਖਰੇਵਾ ਜਾਂਦਾ ਏ ਤੇ ਧੀਰਮਲ ਗੁਰਦੁਆਰਾ ਥੰਮ ਸਾਹਿਬ ਦੀ ਸਾਮ ਸੰਭਾਲ ਕਰਦਾ ਏ ਇਸ ਤੋਂ ਇਲਾਵਾ ਉਹ ਗੁਰਦੁਆਰਾ ਗੰਗਸਰ ਸਾਹਿਬ ਦੀ ਵੀ ਸਾਮ ਸੰਭਾਲ ਕਰਦਾ ਏ ਗੁਰੂ ਅਰਜਨ ਦੇਵ ਜੀ ਦੁਆਰਾ ਭਾਈ ਗੁਰਦਾਸ ਜੀ ਕੋਲੋਂ ਜੋ ਆਦ ਗ੍ਰੰਥ ਦਾ ਸਰੂਪ ਲਿਖਵਾਇਆ ਗਿਆ ਸੀ ਉਹ ਵੀ ਧੀਰਮਲ ਦੇ ਕੋਲ ਸੀ ਤੇ ਉਹ ਵੀ ਇਸਨੇ ਗੁਰਦੁਆਰਾ ਥੰਮ ਸਾਹਿਬ ਵਿੱਚ ਰੱਖਿਆ ਆ ਸੀ ਸਮਾਂ ਆਪਣੀ ਚਾਲ ਚੱਲਦਾ ਜਾਂਦਾ ਏ ਤੇ ਹੁਣ ਗੁਰਦੁਆਰਾ ਥੰਮ ਸਾਹਿਬ ਅਤੇ ਕਰਤਾਰਪੁਰ ਦੇ ਬਾਕੀ ਗੁਰਦੁਆਰਾ ਸਾਹਿਬ ਦਾ ਉਹ ਆਉਂਦੇ ਸੋਢੀ ਬਾਬਾ ਵਡਭਾਗ ਸਿੰਘ ਜੀ ਦੇ ਹੱਥ ਜੋ ਧੀਰਮਲ ਦੇ ਪੋਤਰੇ ਦੇ ਪਰਪੁੱਤਰੇ ਸਨ ਹੁਣ ਇੱਥੋਂ ਤੱਕ ਆਉਂਦੇ ਆਉਂਦੇ ਸੋਢੀ ਬਾਬਾ ਵਡਭਾਗ ਸਿੰਘ ਜੀ ਤੇ ਉਹਨਾਂ ਦਾ ਪਰਿਵਾਰ ਮੰਨੋ ਜਿਵੇਂ ਜਲੰਧਰ ਦੇ ਰਾਜੇ ਬਣ ਗਏ ਹੁਣ ਹੁਣ ਇੱਥੇ ਮੈਂ ਇੱਕ ਗੱਲ ਹੋਰ ਕਲੀਅਰ ਕਰ ਦਵਾਂ ਕਿ ਜਿਹੜੇ ਸੋਢੀ ਬਾਬਾ ਵਡਭਾਗ ਸਿੰਘ ਜੀ ਨੇ ਇਹਨਾਂ ਦਾ ਗੁਰੂ ਘਰ ਨਾਲੋਂ ਬਹੁਤ ਫਾਸਲਾ ਪੈ ਚੁੱਕਾ ਆ ਜਿਸ ਦੇ ਕਰਕੇ ਅੱਜ ਇਹਨਾਂ ਦਾ ਨਾਮ ਵਡਭਾਗ ਸਿੰਘ ਨਹੀਂ ਸਗੋਂ ਵਡਭਾਗ ਰਾਏ ਹੈ ਹੁਣ ਕਿਵੇਂ ਸੋਢੀ ਬਾਬਾ ਵਡਭਾਗ ਸਿੰਘ ਜੀ ਵਡਭਾਗ ਰਾਏ ਤੋਂ ਵਡਭਾਗ ਸਿੰਘ ਬਣਦੇ ਹਨ ਇਹਦੇ ਬਾਰੇ ਗੱਲ ਕਰਦੇ ਆਂ ਧੀਰਮਲ ਤੋਂ ਲੈ ਕੇ ਬਾਬਾ ਵਡਭਾਗ ਰਾਏ ਜੀ ਤੱਕ ਸਾਰਾ ਕੁਝ ਵਧੀਆ ਚੱਲਦਾ ਆ ਰਿਹਾ ਸੀ ਪਰ ਫਿਰ ਇੱਕ ਦਿਨ ਜਲੰਧਰ ਦੇ ਸੂਬੇਦਾਰ 나ਸਰ ਅਲੀ ਦੇ ਨਾਲ ਬਾਬਾ ਵਡਭਾਗ ਰਾਏ ਜੀ ਦੀ ਕਿਸੇ ਗੱਲੋਂ ਵਿਗੜ ਜਾਂਦੀ ਏ ਜਿਸ ਤੋਂ ਬਾਅਦ ਬਹੁਤ ਭਿਆਨਕ ਜੰਗ ਹੁੰਦੀ ਏ ਇਸ ਜੰਗ ਦੇ ਵਿੱਚ 나ਸਰ ਅਲੀ ਜਲੰਧਰ ਕਰਤਾਰਪੁਰ ਦੇ ਬਹੁਤ ਸਾਰੇ ਸਿੱਖਾਂ ਨੂੰ ਸ਼ਹੀਦ ਕਰ ਦਿੰਦਾ ਏ ਸਿੱਖਾਂ ਦੀਆਂ ਬਹੁ ਬੇਟੀਆਂ ਦੀਆਂ ਧੀਆਂ ਭੈਣਾਂ ਦੀ ਬੇਪਤੀ ਕੀਤੀ ਜਾਂਦੀ ਏ ਇਸ ਲੜਾਈ ਦੇ ਵਿੱਚ ਵਡਭਾਗ ਰਾਏ ਜੀ ਦੇ ਆਪਣੇ ਪਰਿਵਾਰ ਦੇ ਵੀ ਬਹੁਤ ਸਾਰੇ ਮੈਂਬਰ ਸ਼ਹੀਦ ਹੋ ਜਾਂਦੇ ਨੇ ਅਖੀਰ ਬਾਬਾ ਵਡਭਾਗ ਰਾਏ ਜੀ ਆਦਗ੍ਰੰਥ ਦਾ ਸਰੂਪ ਜਿਹੜਾ ਗੁਰੂ ਅਰਜਨ ਦੇਵ ਜੀ ਨੇ ਭਾਈ ਗੁਰਦਾਸ ਜੀ ਕੋਲ ਲਿਖਵਾਇਆ ਸੀ ਉਸ ਨੂੰ ਲੈ ਕੇ ਜਲੰਧਰ ਨੂੰ ਛੱਡ ਕੇ ਸੁਰੱਖਿਅਤ ਨਿਕਲਣ ਵਿੱਚ ਕਾਮਯਾਬ ਹੋ ਜਾਂਦੇ ਨੇ ਤੇ ਪਿੱਛੋਂ ਨਾਸਰ ਅਲੀ ਗੁਰਦੁਆਰਾ ਥੰਮ ਸਾਹਿਬ ਦੀ ਘੋਰ ਬੇਦਵੀ ਕਰਦਾ ਏ ਉਸ ਦੇ ਵੱਲੋਂ ਗੁਰਦੁਆਰਾ ਸਾਹਿਬ ਦੇ ਅੰਦਰ ਟਾਲੀ ਦੇ ਇਸ ਇਤਿਹਾਸਿਕ ਥੰਮ ਨੂੰ ਜਿਸ ਨੂੰ ਗੁਰੂ ਅਰਜਨ ਦੇਵ ਜੀ ਨੇ ਲਗਵਾਇਆ ਸੀ ਉਸ ਨੂੰ ਅੱਗ ਲਗਾ ਕੇ ਸਾੜ ਦਿੱਤਾ ਜਾਂਦਾ ਏ ਤੇ ਗੁਰਦੁਆਰਾ ਸਾਹਿਬ ਦੇ ਅੰਦਰ ਕੰਗਵਾ ਨੂੰ ਵੱਢ ਕੇ ਉਹਨਾਂ ਦਾ ਖੂਨ ਡੋਲਿਆ ਜਾਂਦਾ ਏ ਦੂਜੇ ਪਾਸੇ ਬਾਬਾ ਵਡਪਾਗ ਰਾਏ ਜੀ ਬਚੇ ਹੋਏ ਸਿੱਖ ਪਰਿਵਾਰਾਂ ਨੂੰ ਨਾਲ ਲੈ ਕੇ ਸੁਰੱਖਿਅਤ ਥਾਂ ਦੀ ਭਾਲ ਦੇ ਵਿੱਚ ਹਿਮਾਚਲ ਵੱਲ ਨੂੰ ਕੂਚ ਕਰਦੇ ਨੇ ਹੁਣ ਇੱਥੇ ਇੱਕ ਗੱਲ ਯਾਦ ਰਵੇ ਕਿ ਬਾਬਾ ਵਡਪਾਗ ਰਾਏ ਜੀ ਬੇਸ਼ੱਕ ਇਸ ਵੇਲੇ ਹਿਮਾਚਲ ਵੱਲ ਨੂੰ ਗਏ ਨੇ ਪਰ ਅਜੇ ਉਹ ਉਸ ਥਾਂ ਤੇ ਨਹੀਂ ਪਹੁੰਚੇ ਜਿੱਥੇ ਉਹਨਾਂ ਦਾ ਸਾਹਮਣਾ ਪ੍ਰੇਤ ਵੀਰ ਨਾਰ ਸਿੰਘ ਦੇ ਨਾਲ ਹੁੰਦਾ ਏ ਬੇਸ਼ੱਕ ਵਡਪਾਗ ਰਾਏ ਜੀ ਕਰਤਾਰਪੁਰ ਤੋਂ ਨਿਕਲ ਕੇ ਸੁਰੱਖਿਅਤ ਥਾਂ ਤੇ ਆ ਗਏ ਸਨ ਪਰ ਗੁਰਦੁਆਰਾ ਥੰਮ ਸਾਹਿਬ ਦੀ ਹੋਈ ਬੇਦਬੀ ਕਰਕੇ ਉਹਨਾਂ ਦੇ ਮਨ ਦੇ ਅੰਦਰ ਗੁੱਸਾ ਉਹਨਾਂ ਨੇ ਆਪਣੇ ਸਿਰ ਤੇ ਬੰਨਿਆ ਦਮਾਲਾ ਉਤਾਰ ਕੇ ਛੋਟੀ ਦਸਤਾਰ ਬਨ ਲਈ ਤੇ ਪ੍ਰਣ ਕੀਤਾ ਕਿ ਜਦੋਂ ਤੱਕ ਮੈਂ ਨਾਸਿਰ ਅਲੀ ਨੂੰ ਸਾੜ ਨਹੀਂ ਦਿੰਦਾ ਜਿਵੇਂ ਉਸਨੇ ਗੁਰਦੁਆਰੇ ਸਾਹਿਬ ਦੇ ਥੰਮ ਨੂੰ ਸਾੜਿਆ ਹੈ ਓਵੇਂ ਹੀ ਜਦ ਤੱਕ ਮੈਂ ਉਹਨੂੰ ਸਾੜ ਨਹੀਂ ਦਿੰਦਾ ਉਦੋਂ ਤੱਕ ਮੈਂ ਸਿਰ ਤੇ ਦਸਤਾਰ ਨਹੀਂ ਸਜਾਵਾਂਗਾ ਹਿਮਾਚਲ ਪ੍ਰਦੇਸ਼ 'ਚ ਰਹਿੰਦੇ ਆਂ ਫਿਰ ਇੱਕ ਦਿਨ ਵਟ ਭਾਗਰਾਏ ਜੀ ਦੀ ਮੁਲਾਕਾਤ ਦਾਲ ਖਾਲਸਾ ਦੇ ਜਸਪ੍ਰ ਸਿੰਘ ਆਲੂਵਾਲੀਆ ਜਥੇਦਾਰ ਕਰਮ ਸਿੰਘ ਜਥੇਦਾਰ ਫਤਿਹ ਸਿੰਘ ਆਦ ਸਿੱਖਾਂ ਦੇ ਨਾਲ ਹੁੰਦੀ ਏ ਇਹਨਾਂ ਸਿੱਖਾਂ ਨੂੰ ਜਦੋਂ ਗੁਰਦੁਆਰਾ ਸਾਹਿਬ ਦੀ ਹੋਈ ਬੇਦਬੀ ਹੋਰ ਪਤਾ ਲੱਗਦਾ ਹੈ ਤਾਂ ਇਹ ਵੀ ਬਹੁਤ ਜ਼ਿਆਦਾ ਗੁੱਸੇ ਨਾਲ ਭ ਤੇ ਵਡਭਾਗ ਰਾਏ ਜੀ ਇਹਨਾਂ ਨੂੰ ਕਹਿੰਦੇ ਹਨ ਕਿ ਅਸੀਂ ਨਾਸਰ ਅਲੀ ਕੋ ਗੁਰਦੁਆਰਾ ਸਾਹਿਬ ਦੀ ਹੋਈ ਬੇਦਬੀ ਦਾ ਬਦਲਾ ਲਈਏ ਹੁਣ ਜੱਸਾ ਸਿੰਘ ਆਲੂ ਵਾਲਿਆ ਜੀ ਭਲੀ ਭਾਤ ਜਾਣਦੇ ਸਨ ਕਿ ਬਾਬਾ ਵਡਭਾਗ ਰਾਏ ਜੀ ਗੁਰੂ ਸਾਹਿਬ ਹੁਣਾਂ ਦੀ ਕੁੱਲ ਚ ਹਨ ਸਹਬਜ਼ਾਦੇ ਹਨ ਤੇ ਵੈਸੇ ਵੀ ਗੁਰਦੁਆਰਾ ਸਾਹਿਬ ਦੀ ਹੋਈ ਬੇਦਬੀ ਕਰਕੇ ਉਹਨਾਂ ਦੇ ਮਨ ਵਿੱਚ ਵੀ ਗੁਰਦੁਆਰਾ ਸਾਹਿਬ ਦੀ ਬੇਦਬੀ ਦਾ ਬਦਲਾ ਲੈਣ ਦੀ ਇੱਛਾ ਸੀ ਤੇ ਇਸ ਲਈ ਉਹ ਬਾਬਾ ਵਡਭਾਗ ਰਾਏ ਜੀ ਨੂੰ ਹਾਂ ਕਰ ਦਿੰਦੇ ਹਨ ਪਰ ਨਾਲ ਹੀ ਉਸ ਤੋਂ ਪਹਿਲਾਂ ਇੱਕ ਅਪੀਲ ਕਰਦੇ ਹਨ ਕਿ ਆਪ ਜੀ ਖੰਡੇ ਬਾਟੇ ਦੀ ਪਹਲ ਸ਼ੱਕ ਕੇ ਸਿੰਘ ਸੱਜ ਜਾਵੋ ਜਿਸ ਤੋਂ ਬਾਅਦ ਬਾਬਾ ਵਡਭਾਗ ਰਾਏ ਜੀ ਅਮਰਦੇ ਦਾਤ ਪ੍ਰਾਪਤ ਕਰਕੇ ਵਡਪਾਗ ਰਾਏ ਤੋਂ ਵਡਪਾਗ ਸਿੰਘ ਬਣਦੇ ਹਨ ਹੁਣ ਸਿੰਘ ਇਕੱਠੇ ਹੋ ਕੇ ਕਰਤਾਰਪੁਰ ਉੱਪਰ ਹਮਲਾ ਕਰਨ ਦੀ ਤਿਆਰੀ ਕਰ ਰਹੇ ਹਨ ਅਭਿਆਸ ਕਰ ਰਹੇ ਹਨ ਕਿ ਉਹਨਾਂ ਦੇ ਨਾਲ ਨਾਸਿਰ ਅਲੀ ਦਾ ਇੱਕ ਹੋਰ ਦੁਸ਼ਮਣ ਅਦੀਨਾ ਬੇਗ ਆ ਕੇ ਮਿਲਦਾ ਹੈ ਅਦੀਨਾ ਬੇਗ ਉਹ ਸੀ ਜੋ ਪਹਿਲਾਂ ਕਦੀ ਜਲੰਧਰ ਦਾ ਸੂਬੇਦਾਰ ਹੋਇਆ ਕਰਦਾ ਸੀ ਪਰ ਨਾਸਿਰ ਅਲੀ ਨੇ ਅਦੀਨਾ ਬੇਗ ਦੇ ਕੋਲੋਂ ਜਲੰਧਰ ਦੀ ਸੂਬੇਦਾਰੀ ਖੋਹ ਰਹੀ ਸੀ ਤੇ ਉਹ ਵੀ ਆਪਣੀ ਜਾਨ ਬਚਾ ਕੇ ਹਿਮਾਚਲ ਦੀਆਂ ਇਹਨਾਂ ਪਹਾੜੀਆਂ ਵਿੱਚ ਲੁਕਾਇਆ ਸੀ ਉਹ ਜਿਵੇਂ ਕਹਿੰਦੇ ਆ ਨਾ ਕਿ ਦੁਸ਼ਮਣ ਦਾ ਦੁਸ਼ਮਣ ਦੋਸਤ ਹੁੰਦਾ ਹੈ ਬਸ ਇਸੇ ਤਰ੍ਹਾਂ ਅਦੀਨਾ ਬੇਗ ਤੇ ਬਾਬਾ ਵੜਪਾਗ ਸਿੰਘ ਦੀ ਵਿੱਚ ਵੀ ਇੱਕ ਦੋਸਤੀ ਹੋ ਗਈ ਸੀ ਪਰ ਕਰਤਾਰਪੁਰ ਉੱਪਰ ਹਮਲਾ ਕਰਨ ਤੋਂ ਪਹਿਲਾਂ ਇਹਨਾਂ ਦੇ ਵਿਚਕਾਰ ਇੱਕ ਸੰਧੀ ਹੁੰਦੀ ਆ ਹੁਣ ਇਸ ਸੰਧੀ ਦੇ ਮੁਤਾਬਕ ਕਿ ਜਦੋਂ ਜਲੰਧਰ ਨੂੰ ਜਿੱਤ ਲਿਆ ਜਾਊਗਾ ਤੇ ਇਸ ਦੀ ਸੂਬੇਦਾਰੀ ਅਦੀਨਾ ਬੇਗ ਕੋਲ ਜਾਊਗੀ ਤੇ ਗੁਰਦੁਆਰਿਆਂ ਦਾ ਜਿੰਨਾ ਵੀ ਪ੍ਰਬੰਧ ਆ ਉਹ ਸਾਰਾ ਬਾਬਾ ਵੜਪਾਗ ਸਿੰਘ ਜੀ ਕੋਲ ਹੋਊਗਾ ਇਸ ਤੋਂ ਇਲਾਵਾ ਬਾਬਾ ਵੜਪਾਗ ਸਿੰਘ ਜੀ ਅਦੀਨਾ ਬੇਗ ਦੇ ਅੱਗੇ ਕੁਝ ਸ਼ਰਤਾਂ ਰੱਖਦੇ ਹਨ ਉਹ ਸ਼ਰਤਾਂ ਕੀ ਸੀ ਜਦੋਂ ਵੀ ਅਸੀਂ ਜਲੰਧਰ ਨੂੰ ਜਿੱਤ ਲਵਾਂਗੇ ਤਾਂ ਜਲੰਧਰ ਵਿੱਚ ਜਿੰਨੇ ਵੀ ਤੁਰਕ ਹਨ ਮਲੇਸ਼ ਹਨ ਉਹਨਾਂ ਨੂੰ ਬਾਬਾ ਵਡਪਾਖ ਸਿੰਘ ਜੀ ਖਤਮ ਕਰ ਦੇਣਗੇ ਕੋਈ ਵੀ ਨਹੀਂ ਛੱਡਿਆ ਜਾਊਗਾ ਤੇ ਦੀਨਾ ਬੇਗ ਨੂੰ ਸਖਤ ਦਾਇਤ ਕੀਤੀ ਜਾਂਦੀ ਆ ਕਿ ਉਸ ਵੇਲੇ ਤੋਂ ਜਲੰਧਰ ਦਾ ਸੂਬੇਦਾਰ ਹੋਏਗਾ ਤੇ ਕਿਤੇ ਇੰਜ ਨਾ ਹੋਵੇ ਕਿ ਤੈਨੂੰ ਆਪਣੇ ਲੋਕਾਂ ਦਾ 헤ਜ ਆ ਜਾਵੇ ਤੇ ਫਿਰ ਇਹਸਾਬ ਲਾ ਲਈ ਕਿ ਬਖਸ਼ਾ ਤੂੰ ਵੀ ਨਹੀਂ ਜਾਊਗਾ ਤਾਂ ਦੀਨਾ ਬੇ ਕਹਿੰਦਾ ਕਿ ਨਹੀਂ ਮੈਨੂੰ ਬਸ ਸੂਬੇਦਾਰੀ ਦਾ ਮਤਲਬ ਆ ਤੁਸੀਂ ਜਲੰਧਰ ਨੂੰ ਜਿੱਤੋ ਤੇ ਫਿਰ ਚਾਹੇ ਜੋ ਮਰਜ਼ੀ ਕਰੋ ਮੈਨੂੰ ਇਸ ਨਾਲ ਕੋਈ ਮਤਲਬ ਨਹੀਂ ਦੂਜੀ ਸ਼ਰਤ ਬਾਬਾ ਵਡਭਾਗ ਸਿੰਘ ਜੀ ਇਹ ਰੱਖਦੇ ਆ ਕਿ ਜਿਵੇਂ ਨਾਸਿਰ ਅਲੀ ਨੇ ਸਾਡੇ ਗੁਰਦੁਆਰਾ ਸਾਹਿਬ ਦੇ ਅੰਦਰ ਗਊਆਂ ਵੜ ਕੇ ਉਹਨਾਂ ਦਾ ਖੂਨ ਖਲਾ ਰਿਆ ਹੈ ਮੈਂ ਵੀ ਇਸ ਦੇ ਘਰ ਦੇ ਅੰਦਰ ਵੜ ਕੇ ਸੂਰ ਵੜਨੇ ਨੇ ਤੇ ਇਸ ਦੇ ਨਾਲ ਹੀ ਉਹ ਦੀਨਾ ਬੇਗ ਨੂੰ ਆਪਣੇ ਕੀਤੇ ਹੋਏ ਪ੍ਰਣ ਬਾਰੇ ਵੀ ਦੱਸਦੇ ਨੇ ਕਿ ਨਾਸਿਰ ਅਲੀ ਭਾਵੇਂ ਜਿਉਂਦਾ ਭਾਵੇਂ ਮਰਦਾ ਜਿਵੇਂ ਮੇਰੇ ਹੱਥ ਲੱਗਾ ਨਾ ਮੈਂ ਉਸ ਨੂੰ ਸਾੜਨਾ ਹੈ ਇੱਕ ਹੋਰ ਤੀਜੀ ਸ਼ਰਤ ਜੋ ਬਾਬਾ ਵਡਭਾਗ ਸਿੰਘ ਜੀ ਨੇ ਦੀਨਾ ਬੇਗ ਅੱਗੇ ਰੱਖੀ ਕਿ ਇਹਨਾਂ ਦੀਆਂ ਜੋ ਬੇਗਮਾਂ ਨੇ ਜਿਹੜੀਆਂ ਪਠਾਣੀਆਂ ਨੇ ਮੈਂ ਇਹਨਾਂ ਨੂੰ ਰੰਡੀਆਂ ਕਰਕੇ ਛੱਡਣਾ ਹੈ ਜਿਵੇਂ ਇਹਨਾਂ ਨੇ ਸਾਡੀਆਂ ਤੀਆਂ ਭੈਣਾਂ ਦੀ ਬੇਦਬੀ ਕੀਤੀ ਆ ਹੁਣ ਇੱਥੇ ਜਿਹੜਾ ਬਾਬਾ ਵਰਡ ਭਾਗ ਸਿੰਘ ਜੀ ਨੇ ਕਿਹਾ ਕਿ ਮੈਂ ਇਹਨਾਂ ਦੀਆਂ ਬੇਗਮਾਂ ਨੂੰ ਰੰਡੀਆਂ ਕਰ ਦਊਂਗਾ ਉਹਦਾ ਮਤਲਬ ਮੈਂ ਕਲੀਅਰ ਕਰਦਾ ਕਿ ਇਹਦਾ ਮਤਲਬ ਇਹ ਨਹੀਂ ਸੀ ਕਿ ਸਿੱਖਾਂ ਵੱਲੋਂ ਤੁਰਕਾਂ ਦੀਆਂ ਇਹਨਾਂ ਬੇਗਮਾਂ ਦੇ ਨਾਲ ਉਵੇਂ ਹੀ ਬੇਪੱਤੀ ਕੀਤੀ ਜਾਊਗੀ ਜ਼ਬਰਜਹਾਨ ਕੀਤਾ ਜਾਊਗਾ ਨਹੀਂ ਬਲਕਿ ਉਹਨਾਂ ਦਾ ਮਤਲਬ ਸੀ ਕਿ ਇਹਨਾਂ ਨੂੰ ਮੈਂ ਵਿਧਵਾ ਕਰ ਦਊਂਗਾ ਹੁਣ ਜਲੰਧਰ ਦੀ ਜਿਹੜੀ ਇਹ ਜੰਗ ਸੋਢੀ ਬਾਬਾ ਬੜਪਾਗ ਸਿੰਘ ਜੀ ਨੇ ਜੱਸਾ ਸਿੰਘ ਆਲੂਵਾਲੀਆ ਅਤੇ ਅਦੀਨਾ ਬੇਗ ਨਾਲ ਮਿਲ ਕੇ ਲੜਨੀ ਹੈ ਇਸ ਦਾ ਜ਼ਿਕਰ ਸਾਨੂੰ ਪ੍ਰਸਿੱਧ ਇਤਿਹਾਸਿਕ ਗ੍ਰੰਥ ਸ੍ਰੀ ਗੁਰੂ ਪੰਥ ਪ੍ਰਕਾਸ਼ ਜੋ ਕਿ ਸ਼ਹੀਦ ਭਾਈ ਰਤਨ ਸਿੰਘ ਭੰਗੂ ਜੀ ਵੱਲੋਂ ਲਿਖਿਆ ਗਿਆ ਹੈ ਉਸ ਵਿੱਚ ਵੀ ਦੇਖਣ ਨੂੰ ਮਿਲਦਾ ਹੈ ਸੋਢੀ ਬਾਬਾ ਬੜਪਾਗ ਸਿੰਘ ਜੀ ਵੱਲੋਂ ਆਪਣੀ ਫੌਜ ਨਾਲ ਮਿਲ ਕੇ ਜਲੰਧਰ ਉੱਪਰ ਹਮਲਾ ਕੀਤਾ ਜਾਂਦਾ ਹੈ ਤੇ ਇੱਕ ਦਿਨ ਦੇ ਵਿੱਚ ਹੀ ਜਲੰਧਰ ਨੂੰ ਜਿੱਤ ਲਿਆ ਜਾਂਦਾ ਹੈ ਜਲੰਧਰ ਨੂੰ ਜਿੱਤਣ ਤੋਂ ਬਾਅਦ ਜਲੰਧਰ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਲੁੱਟਮਾਰ ਕੀਤੀ ਜਾਂਦੀ ਹੈ ਤੇ ਬਾਬਾ ਵਡਭਾਗ ਸਿੰਘ ਜੀ ਵੱਲੋਂ 나ਸਰ ਅਲੀ ਦੇ ਘਰ ਦੇ ਵਿੱਚ ਸੂਰਾਂ ਨੂੰ ਵੱਢਿਆ ਜਾਂਦਾ ਏ। ਵੈਸੇ ਬਾਬਾ ਵਡਭਾਗ ਸਿੰਘ ਜੀ ਜਦੋਂ ਤੱਕ ਜਲੰਧਰ ਨੂੰ ਜਿੱਤਦੇ ਹਨ 나ਸਰ ਅਲੀ ਉਦੋਂ ਤੱਕ ਮਾਰਿਆ ਜਾ ਚੱਕਾ ਹੁੰਦਾ ਏ। ਪਰ ਬਾਬਾ ਵਡਭਾਗ ਸਿੰਘ ਜੀ ਆਪਣੇ ਕੀਤੇ ਪ੍ਰਣ ਦੇ ਮੁਤਾਬਕ ਉਸ ਦੀ ਕਬਰ ਨੂੰ ਪੁੱਟ ਕੇ ਉਸ ਨੂੰ ਕਬਰ ਚੋਂ ਬਾਹਰ ਕੱਢ ਕੇ ਉਸ ਦੇ ਮੂੰਹ ਦੇ ਵਿੱਚ ਸੂਰ ਦਾ ਮੀਟ ਪਾਉਂਦੇ ਹਨ ਤੇ ਉਸ ਨੂੰ ਸਾੜ ਦਿੰਦੇ ਹਨ। ਹੁਣ ਮੁਗਲਾਂ ਦੀਆਂ ਜਿਹੜੀਆਂ ਬੇਗਮਾਂ ਵਿਧਵਾ ਹੋ ਚੁੱਕੀਆਂ ਸਨ ਬਾਬਾ ਵਡਭਾਗ ਸਿੰਘ ਜੀ ਉਹਨਾਂ ਦੇ ਲਈ ਮਜੀਬ ਸਿੰਘਾਂ ਨੂੰ ਹੁਕਮ ਕਰਦੇ ਹਨ ਕਿ ਤੁਸੀਂ ਇਹਨਾਂ ਨੂੰ ਅੰਮ੍ਰਿਤ ਛਕਾ ਕੇ ਸਿੰਗੜੀਆਂ ਬਣਾ ਕੇ ਇਹਨਾਂ ਨਾਲ ਵਿਆਹ ਕਰਵਾ ਲਵ ਕੋਈ ਵੀ ਵਾਲੀਵਾਸ ਨਹੀਂ ਰਹਿ ਗਿਆ ਇਹਨਾਂ ਦੀ ਸਾਂਭ ਸੰਭਾਲ ਕਰਨ ਵਾਸਤੇ ਸੋ ਜਲੰਧਰ ਨੂੰ ਜਿੱਤਣ ਤੋਂ ਬਾਅਦ ਗੁਰਦੁਆਰਿਆਂ ਦਾ ਸਾਰਾ ਪ੍ਰਬੰਧ ਇੱਕ ਵਾਰ ਫਿਰ ਸਿੱਖਾਂ ਦੇ ਹੱਥ ਚ ਆ ਜਾਂਦਾ ਏ ਤੇ ਸੋਢੀ ਬੱਬਾ ਵਡਭਾਗ ਸਿੰਘ ਜੀ ਗੁਰਦੁਆਰਾ ਥੰਮ ਸਾਹਿਬ ਦੀ ਮਰਮਤ ਕਰਵਾਉਂਦੇ ਹਨ ਤੇ ਹੋਰ ਵੀ ਜੋ ਗੁਰਦੁਆਰਾ ਸਾਹਿਬ ਸਨ ਜਿਨ੍ਹਾਂ ਨੂੰ ਨੁਕਸਾਨ ਪਹੁੰਚਾਇਆ ਗਿਆ ਸੀ ਕਾਰ ਸੇਵਾ ਰਾਹੀਂ ਉਹਨਾਂ ਦੀ ਉਹ ਸਾਰੀ ਦੁਬਾਰਾ ਆਰੰਭ ਕਰਾਈ ਜਾਂਦੀ ਏ ਸੋ ਇਹ ਤਾਂ ਸੀ ਸੋਢੀ ਬਾਬਾ ਵਡਭਾਗ ਸਿੰਘ ਦੇ ਜੀਵਨ ਦੀ ਇੱਕ ਜੰਗ ਪਰ ਸੋਢੀ ਬਾਬਾ ਵਡਭਾਗ ਸਿੰਘ ਜੀ ਨੇ ਆਪਣੇ ਪੂਰੇ ਜੀਵਨ ਕਾਲ ਦੇ ਵਿੱਚ ਕੁੱਲ 5 ਜੰਗਾਂ ਲੜੀਆਂ ਸਨ ਜਿੱਥੋਂ ਸਾਨੂੰ ਉਹਨਾਂ ਦੇ ਸਿਪਾਹੀ ਵਾਲੇ ਰੂਪ ਦਾ ਪਤਾ ਲੱਗਦਾ ਏ ਹੁਣ ਵੀਡੀਓ 'ਚ ਅੱਗੇ ਆਪਾਂ ਸੋਢੀ ਬਾਬਾ ਵਡਭਾਗ ਸਿੰਘ ਜੀ ਦੇ ਸੰਤ ਰੂਪ ਬਾਰੇ ਗੱਲ ਕਰਦੇ ਆ ਜਿਸ ਦੇ ਵਿੱਚ ਉਹਨਾਂ ਦੀ ਮੁਲਾਕਾਤ ਪ੍ਰੇਤ ਵੀਰ ਨਾਰ ਸਿੰਘ ਜੀ ਨਾਲ ਹੁੰਦੀ ਹੈ ਜਲੰਧਰ ਵਿੱਚ ਸਾਰਾ ਕੁਝ ਠੀਕ ਹੋ ਜਾਣ ਤੋਂ ਬਾਅਦ ਇੱਕ ਵਾਰ ਫਿਰ ਬੱਬਾ ਵਡਭਾਗ ਸਿੰਘ ਜੀ ਹਿਮਾਚਲ ਵੱਲ ਨੂੰ ਕੂਚ ਕਰਦੇ ਨੇ ਪਰ ਇਸ ਵਾਰ ਉਹ ਹਿਮਾਚਲ ਦੇ ਵਿੱਚ ਥੋੜਾ ਡੂੰਘਾ ਉਤਰਦੇ ਨੇ ਭਾਵ ਕਿ ਪਛੜਿਆ ਇਲਾਕਿਆਂ 'ਚ ਜਾਂਦੇ ਨੇ ਤੇ ਇਸੇ ਤਰ੍ਹਾਂ ਚੱਲਦੇ-ਚੱਲਦੇ ਬੱਬਾ ਵਡਭਾਗ ਸਿੰਘ ਜੀ ਹਿਮਾਚਲ ਦੇ ਊਨੇ ਤੋਂ 42 ਕਿਲੋਮੀਟਰ ਦੂਰ ਪਿੰਡ ਮੈੜੀ ਦੇ ਕੋਲ ਪਹੁੰਚਦੇ ਨੇ ਤੇ ਇੱਥੇ ਜਾ ਕੇ ਆਪ ਜੀ ਦੇਖਦੇ ਨੇ ਕਿ ਇੱਕ ਖੱਡ ਦੇ ਵਿੱਚ ਉੱਚੇ ਪਹਾੜਾ ਤੋਂ ਝਿਰਨੇ ਵਾਂਗ ਪਾਣੀ ਡਿੱਗ ਰਿਹਾ ਏ ਜੋ ਬਹੁਤ ਹੀ ਸਾਫ਼ ਸੁਵਚ ਠੰਡਾ ਤੇ ਮਿੱਠਾ ਏ ਸੋਢੀ ਬੱਬਾ ਵਡਭਾਗ ਸਿੰਘ ਜੀ ਆਪਣੇ ਸਿੰਘਾਂ ਦੇ ਨਾਲ ਉੱਥੇ ਡੇਰਾ ਕਰਦੇ ਨੇ ਉਸ ਝਰਨੇ ਦੇ ਜਲ ਦੇ ਨਾਲ ਇਸ਼ਨਾਨ ਪਾਣੀ ਕਰਨ ਤੋਂ ਬਾਅਦ ਉਸੇ ਜਲ ਦੇ ਨਾਲ ਲੰਗਰ ਤਿਆਰ ਕੀਤਾ ਜਾਂਦਾ ਏ ਤੇ ਸੋਢੀ ਜੀ ਦੇ ਕਹਿਣ ਤੇ ਇੱਕ ਸਿੰਘ ਵੱਲੋਂ ਉੱਚੀ ਸਾਰੀ ਆਵਾਜ਼ ਦਿੱਤੀ ਜਾਂਦੀ ਏ ਕਿ ਗੁਰੂ ਦਾ ਲੰਗਰ ਬਣ ਕੇ ਤਿਆਰ ਹੈ ਜੇਕਰ ਕੋਈ ਮਾਈ ਭਾਈ ਸਾਡੀ ਆਵਾਜ਼ ਨੂੰ ਸੁਣ ਰਿਹਾ ਹੋਵੇ ਲੰਗਰ ਛਕਣ ਦੀ ਇੱਛਾ ਰੱਖਦਾ ਹੋਵੇ ਤੇ ਇਸ ਜਗ੍ਹਾ ਉੱਪਰ ਆ ਕੇ ਗੁਰੂ ਦਾ ਲੰਗਰ ਛਕ ਸਕਦਾ ਹੈ ਸਿੱਖਾਂ ਵੱਲੋਂ ਉੱਥੇ ਲੰਗਰ ਛਕਿਆ ਜਾਂਦਾ ਏ ਤੇ ਫਿਰ ਅਗਲੇ ਦਿਨ ਸੋਢੀ ਬੱਬਾ ਵਡਭਾਗ ਸਿੰਘ ਜੀ ਨੇੜੇ ਦੇ ਇਲਾਕੇ ਦਾ ਸਰਵੇਖਣ ਕਰਨ ਵਾਸਤੇ ਮੌਇਨਾ ਕਰਨ ਵਾਸਤੇ ਅੱਗੇ ਚੱਲਦੇ ਹਨ ਉਹਨਾਂ ਦੀ ਨਜ਼ਰ ਇੱਕ 베ਰੀ ਤੇ ਪੈਂਦੀ ਹੈ ਤੇ ਬਾਬਾ ਵਡਭਾਗ ਸਿੰਘ ਜੀ ਉਸ 베ਰੀ ਹਟ ਜਾ ਕੇ ਬੈਠ ਜਾਂਦੇ ਨੇ ਤੇ ਜੋ ਨਾਲ ਦੇ ਸਿੰਘ ਹੁੰਦੇ ਨੇ ਉਹ ਨੇੜੇ ਦੇ ਇਲਾਕੇ ਦਾ ਮੌਇਨਾ ਕਰਨ ਵਾਸਤੇ ਚਲੇ ਜਾਂਦੇ ਨੇ ਬਾਬਾ ਵਡਭਾਗ ਸਿੰਘ ਜੀ ਦੇ ਨਾਲ ਇੱਕ ਸਿੰਘ ਹਮੇਸ਼ਾ ਰਹਿੰਦਾ ਸੀ ਜਿਸ ਨੇ ਨਿਸ਼ਾਨ ਸਾਹਿਬ ਚੁੱਕਿਆ ਹੁੰਦਾ ਸੀ ਉਹ ਕੀ ਕਰਦਾ ਆ ਕਿ ਉਸ 베ਰੀ ਦੇ ਉੱਪਰ ਇਸ ਨਿਸ਼ਾਨ ਸਾਹਿਬ ਨੂੰ ਚਲਾ ਦਿੰਦਾ ਆ ਤਾਂ ਕਿ ਜਿਹੜੇ ਸਿੰਘ ਇਲਾਕੇ ਦਾ ਮੌਇਨਾ ਕਰਨ ਵਾਸਤੇ ਗਏ ਨੇ ਜੇਕਰ ਉਹਨਾਂ ਵਿੱਚੋਂ ਕੋਈ ਰਾਹ ਭਟਕਦਾ ਏ ਤਾਂ ਇਸ ਨਿਸ਼ਾਨ ਸਾਹਿਬ ਨੂੰ ਵੇਖ ਕੇ ਉਹ ਇਸ ਟਿਕਾਣੇ ਤੇ ਪਹੁੰਚ ਜਾਣਗੇ ਜਿਸ 베ਰੀ ਉੱਪਰ ਨਿਸ਼ਾਨ ਸਾਹਿਬ ਝੂਲ ਰਿਹਾ ਏ ਬੱਬਾ ਵਡਭਾਗ ਸਿੰਘ ਜੀ ਉਸਪੀਰੀਅਟ ਬੈਠ ਕੇ ਨਾਮ ਸਿਮਰਨ ਵਿੱਚ ਲੀਨ ਹੋ ਜਾਂਦੇ ਨੇ ਕਿ ਅਚਾਨਕ ਉੱਥੇ ਕੁਝ ਚਰਵਾਹੇ ਲੰਘਦੇ ਨੇ ਜੋ ਭੇਡਾਂ ਬੱਕਰੀਆਂ ਚਾਰਦੇ ਨੇ ਉਹ ਬੱਬਾ ਵਡਭਾਗ ਸਿੰਘ ਜੀ ਨੂੰ ਇਸ ਬੇਰੀ ਹੇਠ ਬੈਠਾ ਵੇਖ ਕੇ ਤੇ ਬੇਰੀ ਉੱਪਰ ਝੂਲਦੇ ਨਿਸ਼ਾਨ ਸਾਬ ਨੂੰ ਵੇਖ ਕੇ ਬਹੁਤ ਹਰਾਨ ਹੁੰਦੇ ਨੇ ਤੇ ਉਹਨਾਂ ਵਿੱਚ ਇੱਕ ਆਵਾਜ਼ ਦੇ ਕੇ ਬਾਬਾ ਜੀ ਨੂੰ ਕਹਿੰਦਾ ਏ ਕਿ ਇਸ ਬੇਰੀ ਦੇ ਹੇਠੋਂ ਜਲਦੀ ਉੱਠ ਜਾਵੋ ਇਸ ਦੇ ਉੱਪਰ ਇੱਕ ਪ੍ਰੇਤ ਰਹਿੰਦਾ ਏ ਕੋਈ ਆਤਮਾ ਰਹਿੰਦੀ ਏ ਜੋ ਲੋਕਾਂ ਦਾ ਬਹੁਤ ਭਾਰੀ ਨੁਕਸਾਨ ਕਰਦੀ ਏ ਐਸੇ ਕਰਕੇ ਤਾਂ ਇਸ ਬੇਰੀ ਦੇ ਉੱਪਰ ਕੋਈ ਪੰਛੀ ਤੱਕ ਨਹੀਂ ਬੈਠਦਾ ਤੇ ਨਾ ਹੀ ਇਸਦੇ ਕੋਈ ਬੇਰ ਖਾਂਦਾ ਏ ਤੇ ਜਲਦੀ ਕੀਤਿਆਂ ਤਾਂ ਕੋਈ ਇਸਦੇ ਕੋਲੋਂ ਵੀ ਨਹੀਂ ਲੰਘਦਾ ਕਿਉਂਕਿ ਉਹ ਜਿਹੜਾ ਪ੍ਰੇਤ ਆ ਜਾਂ ਜਿਹੜੀ ਰੂਹ ਆ ਨਾ ਲੋਕਾਂ ਨੂੰ ਮਾਰ ਦਿੰਦੀ ਆ ਛੋਡੀ ਬਾਬਾ ਵਡਭਾਗ ਸਿੰਘ ਜੀ ਉਹਨਾਂ कि ਜਿੱਥੇ ਬਾਬੇ ਨਾਨਕ ਦੀ ਬਾਣੀ ਹੁੰਦੀ ਏ ਜਿਸ ਬਾਣੀ ਨੂੰ ਪੜਦਾ ਏ ਇਸ ਬਾਣੀ ਤੇ ਯਕੀਨ ਕਰਦਾ ਏ ਉਸ ਦਾ ਕੋਈ ਵੀ ਭੂਤ ਪ੍ਰੇਤ ਜਾਂ ਆਤਮਾ ਕੁਝ ਵੀ ਨਹੀਂ ਵਿਗਾੜ ਸਕਦੀ ਪਰ ਉਹ ਚਰਵਾਹੇ ਵਿਚਾਰੇ ਡਰਦੇ ਉੱਥੋਂ ਭੱਜ ਜਾਂਦੇ ਨੇ ਸੋਡੀ ਪੱਪਾ ਵਡਪਾਗ ਸਿੰਘ ਜੀ ਵਾਪਸ ਆਪਣੀ ਭਗਤੀ ਵਿੱਚ ਲੀਨ ਹੋ ਜਾਂਦੇ ਨੇ ਉਹ ਚਰਵਾਹੇ ਜਿਸ ਆਤਮਾ ਦੀ ਜਿਸ ਰੂਹ ਦੀ ਜਿਸ ਭੂਤ ਦੀ ਗੱਲ ਕਰ ਰਹੇ ਸਨ ਉਹ ਕੋਈ ਹੋਰ ਨਹੀਂ ਸਗੋਂ ਸਰੀਰ ਰਹਿਤ ਪ੍ਰੇਤ ਵੀਰ ਨਾਰ ਸਿੰਘ ਸੀ ਜੋ ਆਪਣੇ ਇਲਾਕੇ ਦੇ ਭੂਤਾਂ ਪ੍ਰੇਤਾਂ ਦਾ ਮੁਖੀਆ ਸੀ वीर नारसिंह सोड्डी बाबा वडभाग सिंह जी ਨੂੰ ਜਦੋਂ ਆਪਣੀ ਬੇਰੀ ਹੇਠ ਬੈਠਿਆ ਦੇਖਦਾ ਏ ਤਾਂ ਬਹੁਤ ਗੁੱਸੇ ਚ ਆਉਂਦਾ ਏ ਉਹ ਬਾਬਾ वडभाग सिंह ਜੀ ਨੂੰ ਨੁਕਸਾਨ ਪਹੁੰਚਾਉਣ ਵਾਸਤੇ ਬਹੁਤ ਕੋਸ਼ਿਸ਼ ਕਰਦਾ ਏ ਪਰ ਉਸ ਦਾ ਕੋਈ ਵਸ ਨਹੀਂ ਚੱਲਦਾ ਫਿਰ ਉਹ ਬਾਬਾ वडभाग सिंह ਜੀ ਨੂੰ ਕੋਈ ਉੱਚ ਸ਼ਖਸੀਅਤ ਸਮਝ ਕੇ ਬੇਰੀ ਦੇ ਹੇਠ ਆਉਂਦਾ ਏ ਤੇ ਉਹਨਾਂ ਦੇ ਕੋਲ ਆ ਕੇ ਮਾਫੀ ਮੰਗਣੀ ਸ਼ੁਰੂ ਕਰ ਦਿੰਦਾ ਏ ਹੁਣ ਕੁਝ ਇਤਿਹਾਸਕਾਰ ਇਹ ਦੱਸਦੇ ਨੇ ਕਿ ਬਾਬਾ वडभाग सिंह ਜੀ ਨੇ वीर नारसिंह ਨੂੰ ਫੜ ਕੇ ਪਿੰਜਰੇ 'ਚ ਪਾ ਲਿਆ ਸੀ ਜਿਵੇਂ ਅਕਸਰ ਅਸੀਂ ਫੋਟੋਆਂ 'ਚ ਵੀ ਦੇਖਦੇ ਆਂ ਖੈਰ ਆਪ ਆਪਣੀ ਵੀਡੀਓ 'ਚ ਅੱਗੇ ਵਧਦੇ ਆਂ वीर नारसिंह बाबा वडभाग सिंह जी ਕੋ ਆ ਕੇ ਮਾਫੀ ਮੰਗਣੀ ਸ਼ੁਰੂ ਕਰ ਦਿੰਦਾ ਏ ਤੇ ਬਾਬਾ वडभाग सिंह जी ਉਸ ਨੂੰ ਬਖਸ਼ ਦੇ ਕਹਿੰਦੇ ਹਨ ਕਿ ਜੇਕਰ ਉਹ ਬਧ ਰੂਹਾਂ ਦੇ ਚੱਕਰਾਂ ਵਿੱਚ ਫਸੇ ਹੋਏ ਲੋਕਾਂ ਦੀ ਮਦਦ ਕਰੇ ਤਾਂ ਉਸ ਨੂੰ ਮੁਕਤੀ ਵੀ ਮਿਲ ਜਾਵੇਗੀ ਤੇ ਅਸੀਂ ਉਸ ਨੂੰ ਮਾਫੀ ਕਰ ਦੇਾਂਗੇ ਜਿਸ ਤੋਂ ਬਾਅਦ वीर नारसिंह ਬਾਬਾ वडभाग सिंह ਜੀ ਨਾਲ ਵਾਅਦਾ ਕਰਦਾ ਏ ਕਿ ਜਿੱਥੇ ਵੀ ਗੁਰਬਾਣੀ ਦਾ ਪ੍ਰਵਾਹ ਚੱਲੇਗਾ ਨਾਮ ਸਿਮਰਨ ਹੋਵੇਗਾ ਉੱਥੇ ਕੋਈ ਵੀ ਆਤਮਾ ਜਾਂ ਭੂਤ ਪ੍ਰਿਤ ਅਸਰ ਨਹੀਂ ਕਰੇਗੀ ਤੇ ਨਾ ਹੀ ਉਥੇ ਦਾਖਲ ਹੋਵੇਗੀ ਬੇਸ਼ੱਕ ਪ੍ਰੇਤ वीर ਨਾਰ ਸਿੰਘ ਆਪਣੇ ਇਲਾਕੇ ਦੇ ਭੂਤ ਪ੍ਰੇਤ ਜਿੰਨਾ ਆਦਿਆਂ ਦਾ ਮੁਖਿਆ ਸੀ ਪਰ ਅੱਜ ਬਾਣੀ ਅੱਗੇ ਉਸ ਦਾ ਸਾਰਾ ਹੰਕਾਰ ਚੂਰ ਚੂਰ ਹੋ ਚੁੱਕਾ ਸੀ ਕੁਝ ਇਤਿਹਾਸਕਾਰ ਵੀ ਦੱਸਦੇ ਹਨ ਕਿ ਜਦੋਂ ਛੋਡੀ ਪੱਪਾ ਵਡਭਾਗ ਸਿੰਘ ਜੀ ਵੀਰ ਨਾਰ ਸਿੰਘ ਨਾਲ ਗੱਲਬਾਤ ਕਰ ਰਹੇ ਸਨ ਤਾਂ ਉੱਥੇ ਨੇੜੇ ਖੜੇ ਸਿੰਘਾਂ ਨੇ ਪੱਪਾ ਵਡਭਾਗ ਸਿੰਘ ਜੀ ਨੂੰ ਵੀਰ ਨਾਰ ਸਿੰਘ ਨਾਲ ਗੱਲਾਂ ਕਰਦੇ ਆ ਦੇਖਿਆ ਪਰ ਕਿਸੇ ਨੂੰ ਕੁਝ ਵੀ ਨਜ਼ਰ ਨਹੀਂ ਸੀ ਆ ਰਿਹਾ ਇਸ ਘਟਨਾ ਤੋਂ ਬਾਅਦ ਸਿੰਘਾਂ ਵੱਲੋਂ ਨੇੜੇ ਤੇੜੇ ਦੇ ਜਿਹੜੇ ਜੰਗਲੀ ਰੋਖਾ ਉਹਨਾਂ ਨੂੰ ਵੱਢ ਕੇ ਸਫਾਈ ਕਰ ਲਈ ਜਾਂਦੀ ਆ ਤੇ ਸਿੰਘ ਉੱਥੇ ਝੌਂਪੜੇ ਬਣਾ ਕੇ ਰਹਿਣ ਲੱਗ ਜਾਂਦੇ ਨੇ ਜਿਹੜੇ ਚਰਵਾਹੇ ਛੋਡੀ ਪੱਪਾ ਵਡਭਾਗ ਸਿੰਘ ਜੀ ਨੂੰ ਪਹਿਲਾਂ ਦੇਖ ਕੇ ਗਏ ਸਨ ਉਹ ਸੋਚਦੇ ਸਨ ਕਿ ਵੀਰ ਨਾਰ ਸਿੰਘ ਨੇ ਛੋਡੀ ਪੱਪਾ ਵਡਭਾਗ ਸਿੰਘ ਨੂੰ ਮਾਰ ਦਿੱਤਾ ਹੋਣਾ ਆ ਪਰ ਫਿਰ ਇੱਕ ਦਿਨ ਵਾਪਸ ਜਦੋਂ ਆਪਣੀਆਂ ਢੇਡਾ ਬੱਕਰੀਆਂ ਲੈ ਕੇ ਉਹ ਉਸ ਰਸਤੇ ਸਾਡੀ ਲੰਘਦੇ ਨੇ ਤਾਂ ਉਸ ਜਗ੍ਹਾ ਉੱਪਰ ਇੱਕ ਨਗਰ ਜਿਹਾ ਬਣਿਆ ਦੇਖ ਕੇ ਬਹੁਤ ਹੀ ਹੈਰਾਨ ਹੁੰਦੇ ਨੇ ਸਿੰਘਾਂ ਵੱਲੋਂ ਆਵਾਜ਼ ਦਿੱਤੇ ਜਾਣ ਤੇ ਉਹ ਸਿੰਘਾਂ ਕੋਲ ਆਉਂਦੇ ਨੇ ਤੇ ਗੁਰੂ ਘਰ ਬਣਿਆ ਲੰਗਰ ਵੀ ਛਕਦੇ ਨੇ ਜਿਸ ਤੋਂ ਬਾਅਦ ਉਹ ਪ੍ਰਸੰਨ ਵੀ ਹੁੰਦੇ ਨੇ ਤੇ ਪੈ ਮੁਕਤ ਹੋ ਜਾਂਦੇ ਨੇ ਉਚਰਵਾਹੇ ਜਿੱਧਰ ਜਿੱਧਰ ਵੀ ਜਾਂਦੇ ਨੇ ਛੋਡੀ ਬੱਬਾ ਵਰਡਪਾਖ ਸਿੰਘ ਜੀ ਦੀ ਇਸ ਮਹਾਨ ਪ੍ਰਾਪਤੀ ਬਾਰੇ ਦੱਸਦੇ ਜਾਂਦੇ ਨੇ ਤੇ ਜਿਸ ਤੋਂ ਬਾਅਦ ਹਿਮਾਚਲ ਪ੍ਰਦੇਸ਼ ਦੇ ਇਹਨਾਂ ਪਛੜੇ ਇਲਾਕੇ ਦੇ ਜੋ ਡਰੇ ਸਹਮੇ ਲੋਕ ਸਨ ਛੋਡੀ ਬਾਬਾ ਵਡਭਾਗ ਸਿੰਘ ਜੀ ਦੇ ਦਰਸ਼ਨਾਂ ਵਾਸਤੇ ਹਣੇ ਸ਼ੁਰੂ ਹੋ ਜਾਂਦੇ ਨੇ ਤੇ ਉਹਨਾਂ ਨੂੰ ਰਿਧੀਆਂ ਸਿੱਧੀਆਂ ਦੇ ਮਾਲਕ ਸਮਝਣ ਲੱਗ ਜਾਂਦੇ ਨੇ ਪਰ ਛੋਡੀ ਬਾਬਾ ਵਡਭਾਗ ਸਿੰਘ ਜੀ ਨੇ ਕਦੀ ਵੀ ਆਪਣੇ ਆਪ ਨੂੰ ਗੁਰੂ ਕਹਾ ਕੇ ਆਪਣਾ ਪ੍ਰਚਾਰ ਨਹੀਂ ਕੀਤਾ ਸਗੋ ਜੇਕਰ ਸੰਗਤ ਉਹਨਾਂ ਕੋਲ ਆਉਂਦੀ ਸੀ ਤਾਂ ਉਹਨਾਂ ਨੂੰ ਗੁਰਬਾਣੀ ਨਾਲ ਹੀ ਜੋੜਦੇ ਸਨ ਤੇ ਇੱਥੋਂ ਸਾਨੂੰ ਛੋਡੀ ਬਾਬਾ ਵਡਭਾਗ ਸਿੰਘ ਜੀ ਦੇ ਸੰਤ ਵਾਲੇ ਰੂਪ ਦਾ ਵੀ ਪਤਾ ਲੱਗਦਾ ਹੈ ਛੋਟੀ ਬੱਬਾ ਵਡਭਾਗ ਸਿੰਘ ਜੀ ਉਸ ਜਗ੍ਹਾ ਉੱਪਰ ਬੈਠ ਕੇ ਅਕਸਰ ਨਾਮ ਸਿਮਰਨ ਵਿੱਚ ਲੀਨ ਹੋਇਆ ਕਰਦੇ ਤੇ ਫਿਰ ਇੱਕ ਦਿਨ ਉਹ ਸਮਾਂ ਵੀ ਆ ਗਿਆ ਜਦੋਂ ਬੱਬਾ ਵਡਭਾਗ ਸਿੰਘ ਜੀ ਨੂੰ ਅਹਿਸਾਸ ਹੋਇਆ ਕਿ ਇਸ ਜਹਾਨ ਤੋਂ ਜਾਣ ਦਾ ਉਹਨਾਂ ਦਾ ਸਮਾਂ ਆ ਗਿਆ ਹੈ ਤੇ ਫਿਰ ਆਪਣੇ ਪੰਜ ਪੂਤਕ ਸਰੀਰ ਨੂੰ ਤਿਆਗਣ ਦੀ ਘੋਸ਼ਣਾ ਕਰਦੇ ਹੋਏ ਬੱਬਾ ਵਡਭਾਗ ਸਿੰਘ ਜੀ ਨੇ ਸਿੱਖਾਂ ਨੂੰ ਤੇ ਸੰਗਤ ਨੂੰ ਬੇਨਤੀ ਕੀਤੀ ਕਿ ਉਹਨਾਂ ਦੇ ਜਾਣ ਤੋਂ ਬਾਅਦ ਕਿਸੇ ਵੀ ਤਰ੍ਹਾਂ ਦਾ ਕੋਈ ਵਿਰਲਾਪ ਨਾ ਕੀਤਾ ਜਾਵੇ ਸਗੋਂ ਗੁਰਬਾਣੀ ਪੜ੍ਹੀ ਜਾਵੇ ਪ੍ਰਮਾਤਮਾ ਨੂੰ ਯਾਦ ਕੀਤਾ ਜਾਵੇ ਨਾਮ ਸਿਮਰਨ ਕੀਤਾ ਜਾਵੇ ਤਿਸ ਤੋਂ ਬਾਅਦ ਬਾਬਾ ਵਡਭਾਗ ਸਿੰਘ ਜੀ ਆਪਣੇ ਤਪ ਸਥਾਨ ਵਾਲੀ ਜਗ੍ਹਾ ਤੇ ਜਾ ਕੇ ਸਮਾਦੀ ਲਾ ਲੈਂਦੇ ਨੇ ਤੇ ਫਿਰ ਅਖੀਰ 22 ਜਨਵਰੀ 1762 ਨੂੰ ਉਹ ਜੋਤੀ ਜੋਤ ਸਮਾ ਜਾਂਦੇ ਨੇ ਜਿਸ ਜਗ੍ਹਾ ਉੱਪਰ ਬੈਠ ਕੇ ਸੋਢੀ ਬਾਬਾ ਵਡਭਾਗ ਸਿੰਘ ਜੀ ਤਪ ਕਰਿਆ ਕਰਦੇ ਸਨ ਅੱਜ ਉਸ ਜਗ੍ਹਾ ਉੱਪਰ ਗੁਰਦੁਆਰਾ ਮੰਜੀ ਸਾਹਿਬ ਡੇਰਾ ਬਾਬਾ ਵਡਭਾਗ ਸਿੰਘ ਬਣਿਆ ਹੋਇਆ ਹੈ ਤੇ ਸੰਗਤਾਂ ਇਹਨਾਂ ਦਿਨਾਂ ਦੇ ਵਿੱਚ ਹੋਲੇ ਮਹੱਲੇ ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਡੇਰਾ ਬਾਬਾ ਵਡਭਾਗ ਸਿੰਘ ਜੀ ਦੇ ਦਰਸ਼ਨਾਂ ਵਾਸਤੇ ਜਾਂਦੀਆਂ ਹਨ ਬਾਕੀ ਜਿਵੇਂ ਮੈਂ ਵੀਡੀਓ ਚ ਪਹਿਲਾਂ ਕਿਹਾ ਕਿ ਮੈਨੂੰ ਇੱਕ ਵਾਰ ਕਮੈਂਟ ਕਰਕੇ ਆਪਣੀ رائے ਜ਼ਰੂਰ ਦੱਸਿਓ ਛੋਡੀ ਬਾਬਾ ਵਡਭਾਗ ਸਿੰਘ ਜੀ ਬਾਰੇ ਬਾਕੀ ਮੈਂ ਜਿਵੇਂ ਪਹਿਲਾਂ ਕਿਹਾ ਕਿ ਵੀਡੀਓ ਤੇ ਕਮੈਂਟ ਕਰਕੇ ਮੈਨੂੰ ਆਪਣੀ رائے ਜ਼ਰੂਰ ਦੱਸਿਓ ਛੋਡੀ ਬਾਬਾ ਵਡਭਾਗ ਸਿੰਘ ਜੀ ਬਾਰੇ ਤੇ ਮੇਰੀ ਬੇਨਤੀ ਆ ਕਿ ਹਰੇਕ ਵੀਵਰ ਜ਼ਿਆਦਾ ਨਹੀਂ ਪਰ ਘੱਟੋ ਘੱਟ ਇੱਕ ਸ਼ੇਅਰ ਜ਼ਰੂਰ ਕਰੇ ਸਿਰਫ ਇਸ ਕਰਕੇ ਤਾਂ ਕਿ ਛੋਡੀ ਬਾਬਾ ਵਡਭਾਗ ਸਿੰਘ ਜੀ ਬਾਰੇ ਜਿਨ੍ਹਾਂ ਲੋਕਾਂ ਨੂੰ ਨਹੀਂ ਪਤਾ ਉਹਨਾਂ ਨੂੰ ਪਤਾ ਲੱਗ ਸਕੇ ਜਾਂ ਜਿਨ੍ਹਾਂ ਦੇ ਮਨਾਂ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਵਹਿਮ ਭਰਮ ਜਾਂ ਕੋਈ ਡਾਊਟ ਆ ਉਹ ਕਲੀਅਰ ਹੋ ਸਕੇ ਸੋ ਏਸੀ ਸੋਢੀ ਬੱਬਾ ਵਡਭਾਗ ਸਿੰਘ ਜੀ ਦੀ ਜੀਵਨੀ ਇਤਿਹਾਸ ਦੱਸਦਿਆਂ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਹੋ ਗਈਆਂ ਹਨਗੀਆਂ ਸੰਗਤ ਬਖਸ਼ਣਾ ਆਰਾ ਕਿਰਪਾ ਕਰਕੇ ਬਖਸ਼ ਲਿਓ ਬਾਕੀ ਜਿਵੇਂ ਵੀਡੀਓ ਵਿੱਚ ਮੈਂ ਪਹਿਲਾਂ ਕਿਹਾ ਏ ਕਿ ਮੈਨੂੰ ਇੱਕ ਵਾਰ ਕਮੈਂਟ ਕਰਕੇ ਸੋਢੀ ਬੱਬਾ ਵਡਭਾਗ ਸਿੰਘ ਜੀ ਬਾਰੇ ਆਪਣੀ ਰਾਏ ਜ਼ਰੂਰ ਦੱਸਿਓ ਤੇ ਮੇਰੀ ਬੇਨਤੀ ਹੈ ਵਿਊਅਰਸ ਨੂੰ ਕਿ ਜ਼ਿਆਦਾ ਨਹੀਂ ਪਰ ਘੱਟੋ ਘੱਟ ਹਰੇਕ ਵਿਊਅਰ ਇੱਕ ਸ਼ੇਅਰ ਜ਼ਰੂਰ ਕਰੇ ਤਾ ਜੋ ਉਹਨਾਂ ਲੋਕਾਂ ਨੂੰ ਛੋਡੀ ਬੱਬਾ ਵਡਭਾਗ ਸਿੰਘ ਜੀ ਬਾਰੇ ਪਤਾ ਲੱਗੇ ਜੋ ਉਹਨਾਂ ਦਾ ਵਿਰੋਧ ਕਰਦੇ ਨੇ ਜਾਂ ਜਿਨ੍ਹਾਂ ਨੂੰ ਉਹਨਾਂ ਬਾਰੇ ਕੋਈ ਜਾਣਕਾਰੀ ਨਹੀਂ ਆ ਸੋ ਇੱਕ ਸ਼ੇਅਰ ਛੋਡੀ ਬੱਬਾ ਵਡਭਾਗ ਸਿੰਘ ਜੀ ਦੇ ਨਾਂ ਤੇ ਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ ਤੇ ਜੇਕਰ ਤੁਸੀਂ ਅਜੇ ਵੀ ਸਾਡਾ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਸਾਡੇ ਹੌਸਲੇ ਨੂੰ ਵਧਾਓ ਮਿਲਦੇ ਆਂ ਜੀ ਫਿਰ ਅਗਲੀ ਵੀਡੀਓ ਦੇ ਵਿੱਚ ਧੰਨਵਾਦ